ਮੁਸ਼ਕਿਲ ਨਾਲ ਖੂਨ ਦਾ ਬੰਦੋਬਸਤ ਹੀ ਆਏ ਗਿਆ ਤੁਸੀਂ ਜਿੰਨਾ ਵੀ ਹੈ ਇਹਨਾਂ ਬੱਚਾ ਨਾਲ ਤਾਵਨ ਕਰੋ ਬਹੁਤ ਮੁਸ਼ਕਿਲ ਨਾਲ ਖੂਨ ਦਾ ਬੰਦੋਬਸਤ ਹੀ ਆਏ ਗਿਆ ਬੱਚੇ ਦੀ ਐਚ ਵੀ ਬਹੁਤ ਕੰਮ ਆਈ ਆਪਣੇ ਇੰਤਜ਼ਾਮੀਆਂ ਕੋ ਆਖਿਆ ਉਹਨਾਂ ਗੋਲੀ ਤੇ ਅੱਗੇ ਤਾਂ ਬਈ ਅਸਾਂ ਮਿਲ ਵੈਂਦਾ ਹੁਣ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਮੁਸ਼ਕਿਲ ਥੀ ਗਈ ਹੈ ਬਲੱਡ ਸਾ ਕੋ ਦਿੱਤਾ ਕਰੋ ਇਨਸਾਨੀ ਖੂਨ ਕੇ 250 ਮਿਲੀਲੀਟਰ ਥੈਲੇਸੀਮੀਆ ਕੇ ਮਰੀਜ਼ ਬੱਚੋਂ ਕੋ ਜ਼ਿੰਦਗੀ ਕੇ 10 ਸੇ 15 ਦਿਨ ਦੇ ਦੇਤੇ ਹੈ ਲੇਕਿਨ ਕਰੋਨਾ ਲਾਕਡਾਊਨ ਕੇ ਬਾਇਸ ਤਾਲੀਮੀ ਔਰ ਕਾਰੋਬਾਰੀ ਮਰਾਕਿਜ਼ ਬੰਦ ਹੋ ਜਾਣੇ ਕੀ ਵਜ੍ਹਾ ਸੇ ਜਨੂਬੀ ਪੰਜਾਬ ਕੇ ਸਭ ਸੇ ਬੜੇ ਥੈਲੇਸੀਮੀਆ ਕੇ ਸੈਂਟਰ ਕੇ ਇਹ ਮਰੀਜ਼ ਬੱਚੇ ਇਸ ਵਕਤ ਖੂਨ ਕੀ ਕਮੀ ਕਾ ਸ਼ਿਕਾਰ ਹੈ ਇਹਨਾਂ ਬੱਚਿਆਂ ਵਾਸਤੇ ਜੀ ਬਲੱਡ ਤਾਂ ਬੜੀ ਪਰੇਸ਼ਾਨੀ ਹੈ ਇੱਥੋਂ ਵੀ ਨਹੀਂ ਮਿਲਦਾ 10-15 ਦੀ ਮਹੀਨਾ ਵੀ ਪਾਸੇ ਥੀ ਵੈਂਦਾ ਨਹੀਂ ਮਿਲਦਾ ਇਹਨਾਂ ਬੱਚਿਆਂ ਨਾਲ ਤਾਵਨ ਕਰੋ ਇਸ ਬਿਮਾਰੀ ਦੀ ਵਜ੍ਹਾ ਤੋਂ ਅਸਾਂ ਬਾਹਰ ਨਹੀਂ ਨਿਕਲ ਸਕਦੇ ਡਬਲ ਸਵਾਰੀ ਤੇ ਪਾਬੰਦੀ ਹੈ ਜਾਂ ਕੋਈ ਫੋਨ ਕੀਤਾ ਉਹ ਆਦਾ ਯਾਰ ਅਸਾਂ ਬਾਹਰ ਨਹੀਂ ਆ ਸਕਦੇ ਜੋ ਅੱਜ ਕੱਲ੍ਹ ਲਾਕਡਾਊਨ ਸ਼ੁਰੂ ਹੋਇਆ ਹੈ ਨਾ ਇਸ ਕੀ ਵਜ੍ਹਾ ਸੇ ਜੋ ਹੈ ਨਾ ਸਭ ਕਾਮ ਖਤਮ ਹੋ ਗਏ ਕੋਈ ਦੋਸਤ ਰਾਬਤੇ ਮੇਂ ਨਹੀਂ ਹੈ ਆਨੇ ਮੇਂ ਮੁਸ਼ਕਿਲਾਂ ਹੈ ਜੀ ਤੋ ਬੜੀ ਪਰੇਸ਼ਾਨੀ ਕਾ ਸਾਹਮਣਾ ਹੈ ਅਭੀ ਯਹਾਂ ਕੇ ਐਡਮਿਰ ਸਾਹਿਬ ਜਮਸ਼ੇਦ ਹਸਨ ਸਾਹਿਬ ਨੇ ਬੜਾ ਤਾਵਨ ਕੀਆ ਹੈ ਉਨਸੇ ਹਮਨੇ ਰਾਬਤਾ ਕੀਆ ਤੋ ਉਸਨੇ ਬੜੀ ਕੋਸ਼ਿਸ਼ ਕੇ ਸੇ ਜੋ ਹੈ ਨਾ ਇਹ ਬਲੱਡ ਹਮੇ ਅਰੇਂਜ ਕਰਕੇ ਦਿਆ ਹੈ ਦੂਸਰਾ ਲਾਕਡਾਊਨ ਕੀ ਵਜ੍ਹਾ ਸੇ ਕੋਈ ਆਦਮੀ ਬਾਹਰ ਨਹੀਂ ਨਿਕਲ ਰਹਾ ਤੋ ਹਮ ਦੋਸਤੋਂ ਸੇ ਯਹੀ ਅਪੀਲ ਕਰ ਸਕਤੇ ਹੈ ਕਿ ਆਪਣੇ ਜਜ਼ਬਾ ਇਮਾਨੀ ਕੇ ਸਾਥ ਜੋ ਹੈ ਨਾ ਇਨ ਥੈਲਾਸੀਮੀਆ ਕੇ ਬੱਚੋਂ ਕੇ ਲੀਏ ਆਪਣਾ ਹਿੱਸਾ ਜ਼ਰੂਰ ਡਾਲੇ ਇਹ ਮਸਲਾ ਜੋ ਹੈ ਨਾ ਬਹੁਤ ਅਹਿਮ ਹੈ ਇਸ ਕੇ ਬਾਰੇ ਆਗਾਹੀ ਹੋਣੀ ਚਾਹੀਏ ਗੌਰਮੈਂਟ ਕੀ ਲੇਕਿਨ ਅਭੀ ਤੱਕ ਵੀ ਇਸ ਕੀ ਆਗਾਹੀ ਸ਼ੁਰੂ ਨਹੀਂ ਹੋਈ ਹਮ ਇਨਸ਼ਾਅੱਲਾ ਉਨਕੀ ਕੋਸ਼ਿਸ਼ ਕਰ ਰਹੇ ਹੈ ਕਿ ਜਿਤਨੀ ਵੀ ਹਮਾਰੇ ਸੇ ਹੋ ਸਕਤੀ ਹੈ ਖਿਦਮਤ ਹਮ ਕਰ ਰਹੇ ਹੈ ਬੱਚਾ ਆਤਾ ਹੈ ਤੋ ਉਸਕਾ ਪਹਿਲੇ ਬਲੱਡ ਟੈਸਟ ਵਗੈਰਾ ਕਰਵਾਤੇ ਹੈ CBC ਕਰਵਾਤੇ ਹੈ ਜਿਨਕੇ ਐਚ ਬੀ ਕਮ ਹੋਤੀ ਹੈ ਉਨਕੋ ਬਲੱਡ ਫੌਰੀ ਤੌਰ ਪਰ ਲਗਾਤੇ ਹੈ ਹਮ ਵਿਸ਼ਵ ਨੈਟਵਰਕ ਟੀਮ ਕੇ ਸ਼ੁਕਰ ਗੁਜ਼ਾਰ ਹੈ ਕਿ ਉਹ ਲੋਕ ਯਹਾਂ ਪਰ ਆਏ ਔਰ ਹਮਾਰੀ ਆਵਾਜ਼ ਬਣੀ ਇਸ ਵਕਤ ਕਰੋਨਾ ਕੀ ਵਜ੍ਹਾ ਸੇ ਥੈਲੇਸੀਮੀਆ ਕੇ ਜੋ ਮਾਸੂਮ ਬੱਚੇ ਹੈ ਇਨਕੋ ਬਲੱਡ ਨਹੀਂ ਮਿਲ ਰਹਾ ਥਾ ਹਮਨੇ ਕਾਫੀ ਕੋਸ਼ਿਸ਼ ਕਰ ਰਹੇ ਹੈ ਔਰ ਸੋਸ਼ਲ ਮੀਡੀਆ ਕੇ ਜ਼ਰੀਏ ਵੀ ਹਮ ਇਹ ਕੋਸ਼ਿਸ਼ ਕਰ ਰਹੇ ਹੈ ਕਿ ਥੈਲੇਸੀਮੀਆ ਕੇ ਜੋ ਮਾਸੂਮ ਬੱਚੇ ਹੈ ਉਨਕੋ ਜ਼ਿਆਦਾ ਸੇ ਜ਼ਿਆਦਾ ਬਲੱਡ ਡੋਨੇਟ ਕੀਆ ਜਾਏ ਹਮੇਂ ਇਹ ਮੁਸ਼ਕਿਲਾਂ ਦੋ ਦਫ਼ਾ ਆਤੀ ਹੈ ਇੱਕ ਮਾਹ ਰਮਜ਼ਾਨ ਕੇ ਮਹੀਨੇ ਮੇਂ ਆਤੀ ਹੈ ਔਰ ਇੱਕ ਇਸ ਦਫ਼ਾ ਆਈ ਹੈ ਇਸ ਵਬਾਈ ਮਰਜ਼ ਕੀ ਵਜ੍ਹਾ ਸੇ ਜਿਸ ਵਜ੍ਹਾ ਸੇ ਡੋਨਰਸ ਕਾ ਇਹ ਹਾਲ ਹੈ ਕਿ ਡੋਨਰ ਕਾਲ ਤੋ ਕਰਤੇ ਹੈ ਸੋਸ਼ਲ ਮੀਡੀਆ ਮੇਂ ਜਬ ਪੈਗਾਮ ਚਲਾਤੇ ਹੈ ਕਾਲ ਕਰਤੇ ਹੈ ਲੇਕਿਨ ਵੋ ਫਿਰ ਇਹ ਕਹਤੇ ਹੈ ਕਿ ਜੀ DHQ ਮੇਂ ਕਰੋਨਾ ਕਾ ਮਰੀਜ਼ ਹੈ ਹਮ ਉਧਰ ਨਹੀਂ ਆਤੇ ਤੋ ਅਗਰ ਡੋਨਰਸ ਯਹਾਂ ਪਰ ਨਹੀਂ ਆਏਂਗੇ ਤੋ ਹਮੇਂ ਮੁਸ਼ਕਿਲਾਂ ਕਾ ਇਹਸਾਨ ਅਗਰ ਹਮਾਰੇ ਪਾਸ ਡੇਲੀ ਕੀ ਬੁਨਿਆਦ ਪਰ 15 ਸੇ 20 ਬੱਚੋਂ ਕੋ ਬਲੱਡ ਲਗਣਾ ਹੁੰਦਾ ਹੈ ਉਨਕੋ ਹਮਨੇ ਬਲੱਡ ਲਗਾਨਾ ਹੁੰਦਾ ਹੈ ਤੋ ਅਬ ਉਹ ਐਚ ਬੀ ਜੋ ਹੈ ਬੱਚੋਂ ਕੀ 5 ਸੇ ਕਮ ਹੈ ਔਰ 2.1 ਸੇ ਜਬ ਐਚ ਬੀ ਨੀਚੇ ਜਾਤੀ ਹੈ ਤੋ ਉਸ ਵਕਤ ਬੱਚੇ ਕੇ ਐਕਸਪਾਇਰ ਹੋਣੇ ਕੇ ਜ਼ਿਆਦਾ ਖਤਰੇ ਹੁੰਦੇ ਹੈ ਤੋ ਇਸ ਵਕਤ ਵੀ ਸ਼ਦੀਦ ਕਮੀ ਕਾ ਸਾਹਮਣਾ ਹੈ ਕਿਉਂਕਿ 458 ਬੱਚੇ ਹੈ ਔਰ ਡੇਲੀ ਬੁਨਿਆਦ ਪਰ 15 ਸੇ 20 ਡੋਨਰਸ ਇਸ ਮਰਜ਼ ਕੀ ਵਜ੍ਹਾ ਸੇ ਯਹਾਂ ਪਰ ਲਾਨਾ ਹਮਾਰੇ ਲਈ ਬਹੁਤ ਮੁਸ਼ਕਿਲ ਹੋ ਗਿਆ ਔਰ ਡੋਨਰ ਖੁਦ ਆਤੇ ਨਹੀਂ ਹੈ ਅਗਰ ਕੋਈ ਕਹਿ ਵੀ ਦਿੱਤਾ ਹੈ ਕਿ ਮੈਂ ਆਤਾ ਹੂੰ ਤੋ ਵੋ ਫਿਰ ਗੇਟ ਪੇ ਖੜਾ ਹੋ ਜਾਤਾ ਹੈ ਕਿ ਮੈਨੇ ਗੇਟ ਵਾਲੀ ਸਾਈਡ ਸੇ ਤੋ ਆਨਾ ਹੀ ਨਹੀਂ ਹੈ ਕਿਉਂਕਿ ਕਰੋਨਾ ਆਇਆ ਕਿ ਮਰੀਜ਼ ਮੈਨੇ ਸੁਣਾ ਇਹ ਹੈ ਦੂਸਰਾ ਕਰੋਨਾ ਵਾਰਡ ਵੀ ਸਾਥ ਬਣਾ ਹੋਇਆ ਇਸ ਵਜ੍ਹਾ ਸੇ ਵੀ ਲੋਕ ਥੋੜ੍ਹਾ ਡਰ ਰਹੇ ਹੈ ਤੋ ਇਸ ਵਜ੍ਹਾ ਸੇ ਕੋਈ ਬਲੱਡ ਡੋਨੇਟ ਕਰਨੇ ਕੇ ਲਈ ਨਹੀਂ ਆਤਾ